ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਅਤੇ ਪ੍ਰਾਈਮ ਡਿਸਕਸ਼ਨ 'ਚ ਤੁਹਾਡਾ ਸਾਰਿਆਂ ਦਾ ਸਵਾਗਤ। ਇਸ ਪ੍ਰੋਗਰਾਮ 'ਚ ਪੰਨੂ ਸਾਹਿਬ ਨਾਲ ਆਪਾਂ ਜਿਹੜੀਆਂ ਦਿਨ ਭਰ 'ਚ ਖਾਸ ਖਬਰਾਂ ਵਾਪਰੀਆਂ ਹੁੰਦੀਆਂ ਉਹ ਸਾਂਝੀਆਂ ਕਰਦੇ ਹਾਂ ਅਤੇ ਉਹਨਾਂ ਦਾ ਕੀ ਸੱਜਾ ਖੱਬਾ ਪੱਖ ਹੈ ਉਹ ਵੀ ਜਾਣਨ ਦੀ ਕੋਸ਼ਿਸ਼ ਕਰੀਦੀ ਆ। ਅੱਜ ਵੀ ਜਾਣਾਂਗੇ ਕਿ ਖੇਤੀ ਆਰਡੀਨੈਂਸਾਂ ਦੇ ਮਾਮਲੇ ਦੇ ਉੱਪਰ ਪੰਜਾਬ ਦੇ ਵਿੱਚ ਇੱਕ ਵੱਡਾ ਗੱਠਜੋੜ ਕਹਿੰਦੇ ਕਿ ਟੁੱਟ ਸਕਦਾ, ਇੱਕ ਰੌਲਾ ਹੈ, ਉਹਦੀ ਸੱਚਾਈ ਕੀ ਹੋ ਸਕਦੀ ਹੈ। ਫਿਰ ਇਸ ਤੋਂ ਇਲਾਵਾ ਇੱਕ ਇਰੀਗੇਸ਼ਨ ਘੁਟਾਲੇ ਦਾ ਰੌਲਾ ਵੀ ਹੈ, ਉਹ ਕੀ ਕਹਾਣੀ ਹੈ ਉਹ ਵੀ ਸਮਝਾਂਗੇ। ਕੁਛ ਚਾਈਨਾ ਦੀ ਭਾਰਤ ਦੀ ਜਿਹੜੀ ਉੱਥੇ ਤਲਖੀ ਹੈ ਉਹਦੇ ਕੀ ਮਾਇਨੇ ਨਿਕਲਦੇ ਆ ਉਹ ਵੀ ਸਮਝਾਂਗੇ। ਕੁਛ ਖਬਰਾਂ ਹੋਰ ਨੇ ਜਿਹੜੀਆਂ ਆਪਾਂ ਸਾਂਝੀਆਂ ਕਰਨੀਆਂ। ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ, ਬਹੁਤ ਬਹੁਤ ਸਵਾਗਤ ਜੀ। ਸ਼ੁਕਰੀਆ ਜੀ। ਵੈਸੇ ਅੱਜ ਗੱਲ ਠੀਕ ਲੱਗਦੀ ਹੈ। ਕਿੱਦਾਂ ਜੀ? ਠੀਕ, ਇਸ ਕਰਕੇ ਕਿ ਮੈਂ ਸਟੂਡੀਓ 'ਚ ਆਇਆ ਤੁਸੀਂ ਸਵਾਗਤ ਕਰਦੇ ਠੀਕ ਲੱਗਦੇ ਆ। ਅੱਗੇ ਮੇਰੇ ਘਰ ਬੈਠੇ ਹੁੰਦੇ ਆ ਜੀ ਅਤੇ ਮੇਰੇ ਘਰ ਬੈਠ ਕੇ ਮੇਰਾ ਸਵਾਗਤ ਕਰਦੇ, ਮੈਨੂੰ ਲੱਗਦਾ ਹੀ ਹੁੰਦਾ ਕਿ ਕੰਮ ਉਲਟਾ ਹੋ ਗਿਆ, ਸਵਾਗਤ ਮੈਨੂੰ ਕਰਨਾ ਚਾਹੀਦਾ। ਨਹੀਂ ਸਾਹਿਬ, ਘਰ ਘਰ ਤਾਂ ਹੁਣ ਰਿਹਾ ਹੀ ਨਹੀਂ ਨਾ ਉਹ। ਦੇਖੋ ਹੁਣ ਤਾਂ ਹਰੇਕ ਨੂੰ ਆਪਣੇ ਉਹ ਸੋਫੇ ਪੜਦੇ ਕੰਧਾਂ ਯਾਦ ਹੋ ਗਈਆਂ, ਉਹ ਵੀ ਇੱਕ ਤਰ੍ਹਾਂ ਦਾ ਸਟੂਡੀਓ ਹੀ ਆਪਣਾ। ਲੋਕਾਂ ਸਮਝ ਲਿਆ ਵੀ ਸਟੂਡੀਓ ਦਾ ਨਵਾਂ ਸੈਟ। ਚਲੋ ਅੱਛਾ, ਮੈਂ ਬਾਕੀ ਖਬਰਾਂ ਨਾਲ ਜਾਣ ਤੋਂ ਪਹਿਲਾਂ ਤੁਹਾਨੂੰ ਇਹ ਨਹੀਂ ਪਤਾ ਜੀ ਜੀ ਕਿ ਉੱਥੇ ਨਾਲ ਜਿਹੜੀਆਂ ਮਤਲਬ ਨਮਕੀਨ ਗਿਰੀਆਂ ਚਮੇ ਦੀਆਂ ਉਹਨਾਂ ਦਾ ਸਵਾਦ ਕਿੰਨਾ ਹੈਗਾ। ਮੈਂ ਟੀਵੀ 'ਤੇ ਬਾਕੀ ਸਾਰੀਆਂ ਚੀਜ਼ਾਂ ਦੱਸ ਸਕਦੇ ਹਾਂ, ਵਿਖਾ ਵੀ ਸਕਦੇ ਹਾਂ, ਹਾਂ, ਪਰ ਜਿਹੜਾ ਗਿਰੀਆਂ ਦਾ ਸਵਾਦ ਆ ਉਹ ਸਵਾਦ ਨਹੀਂ, ਉਹ ਤਾਂ ਜਿਹੜਾ ਖਾਊ ਉਹਨੂੰ ਪਤਾ, ਉਹਨੂੰ ਪਤਾ ਸਵਾਦ ਨਹੀਂ ਵਿਖਾਇਆ ਜਾ ਸਕਦਾ। ਨਾਲੇ ਜਿਹੜਾ ਪ੍ਰੋਗਰਾਮ ਚੱਲਦੇ ਦੇ ਦੌਰਾਨ ਬੰਦਾ ਖਾਧਾ ਉਹਦੇ ਉੱਕੇ ਨਹੀਂ ਵਿਖਾਇਆ ਜਾ ਸਕਦਾ। ਉਹ ਮੁੜ ਕੇ ਅਗਲੀ ਵਾਰੀ ਸਾਡੇ ਨਾਲ ਧਿਆਨ ਰੱਖਣਗੇ ਵੀ ਜਦੋਂ ਕੈਮਰਾ ਪਾਸੇ ਗਿਆ ਸੀ ਕਿਤੇ ਖਾਣ ਤਾਂ ਨਹੀਂ ਲੱਗ ਪਏ। ਅੱਛਾ ਬਸ ਸਾਹਿਬ, ਇਹਨਾਂ ਖਬਰਾਂ ਵੱਲ ਜਾਣ ਤੋਂ ਪਹਿਲਾਂ ਨਾ ਮੈਂ ਤੁਹਾਨੂੰ ਉਹ ਜਿਹੜਾ ਕੋਟਕਪੂਰੇ ਵਾਲਾ ਗੋਲੀਕਾਂਡ ਹੈ ਉਹਨਾਂ ਨੂੰ ਰਿਲੇਟਡ ਇੱਕ ਅਪਡੇਟ ਆਈ ਆ, ਉਹ ਪੁੱਛਣੀ ਚਾਹੁੰਦਾ ਕਿ ਵੀ ਅਦਾਲਤ ਨੇ ਹੁਣ ਜਿਹੜਾ ਇੰਸਪੈਕਟਰ ਪ੍ਰਦੀਪ ਨੂੰ ਵਾਅਦਾ ਮਾਫ ਗਾਹ ਮੰਨ ਲਿਆ, ਇਹਦੇ ਨਾਲ ਫਰਕ ਕੀ ਪਊਗਾ ਕੇਸ 'ਤੇ, ਅਤੇ ਜੇ ਇਸ ਤਰ੍ਹਾਂ ਹੀ ਚੱਲਦੀ ਹੈ ਕਹਾਣੀ ਤਾਂ ਫਿਰ ਅਗਲਾ ਮੋੜ ਕੀ ਆਉਂਦਾ? ਦੇਖੋ, ਇੰਸਪੈਕਟਰ ਪ੍ਰਦੀਪ ਉਸ ਕੇਸ ਦੇ ਵਿੱਚ ਮੁੱਖ ਦੋਸ਼ੀਆਂ 'ਚੋਂ ਇੱਕ ਸੀ ਜੀ। ਅਖਬਾਰਾਂ ਨੂੰ ਮੁੱਖ ਦੋਸ਼ੀ ਲਿਖਦੀਆਂ, ਅਖਬਾਰਾਂ ਚਰਨਜੀਤ ਸ਼ਰਮਾ ਜਿਹੜਾ ਐਸ ਐਸ ਪੀ ਸੀ ਉਦੋਂ ਉਹਨੂੰ ਵੀ ਮੁੱਖ ਦੋਸ਼ੀ ਲਿਖਦੀਆਂ ਜੀ, ਅਖਬਾਰਾਂ ਐਸ ਪੀ ਬਿਕਰਮਜੀਤ ਨੂੰ ਵੀ ਮੁੱਖ ਦੋਸ਼ੀ ਲਿਖਦੀਆਂ, ਅਖਬਾਰਾਂ ਪਰਮਰਾਜ ਸਿੰਘ ਉਮਰਾਨਗਰ ਆਈ ਜੀ ਨੂੰ ਵੀ ਮੁੱਖ ਦੋਸ਼ੀ ਲਿਖਦੀਆਂ, ਅਖਬਾਰਾਂ ਡੀ ਜੀ ਪੀ ਉਸ ਵਕਤ ਜਿਹੜਾ ਸੀ ਸਮੇਰ ਸਿੰਘ ਸੈਣੀ ਉਹਨੂੰ ਵੀ ਮੁੱਖ ਦੋਸ਼ੀ, ਮੁੱਖ ਤਾਂ ਇੱਕ ਹੁੰਦਾ ਸਾਰੇ ਮੁੱਖ ਥੋੜ੍ਹਾ ਹੁੰਦੇ ਜੀ, ਇਸ ਕਰਕੇ ਉਹਨੂੰ ਛੱਡ ਦਈਏ। ਇਹ ਮੁੱਖ ਦੋਸ਼ੀਆਂ ਦੇ ਨਾਲ ਨਾਲ ਸੀ ਕਿਉਂਕਿ ਉਸ ਵਕਤ ਐਸ ਐਸ ਪੀ ਚਰਨਜੀਤ ਸ਼ਰਮਾ ਦਾ ਰੀਡਰ ਸੀ ਜੀ, ਜਿੱਥੇ ਉਹ ਜਾਂਦਾ ਸੀ ਇਹ ਉਹਦੇ ਨਾਲ ਗੱਡੀ 'ਚ ਹੁੰਦਾ ਸੀ, ਜਿੱਥੇ ਗੋਲੀ ਚੱਲੀ ਜੋ ਉਹਨੇ ਆਰਡਰ ਦਿੱਤਾ ਹਰ ਗੱਲ ਦਾ ਇਹਨੂੰ ਪਤਾ ਸੀ। ਇਹਨੂੰ ਜਦੋਂ ਵਾਅਦਾ ਮਾਫ ਗਵਾਹ ਬਣਾਇਆ ਗਿਆ, ਜਿਹੜੇ ਨੌਜਵਾਨ ਉੱਥੇ ਦੋ ਮਾਰੇ ਗਏ ਸਨ ਉਹਨਾਂ 'ਚੋਂ ਇੱਕ ਦੇ ਪਰਿਵਾਰ ਨੇ ਇਤਰਾਜ਼ ਕੀਤਾ ਕਿ ਮੁੱਖ ਦੋਸ਼ੀਆਂ 'ਚੋਂ ਇੱਕ ਹੈ ਜੀ, ਜੇ ਤੁਸੀਂ ਇਹਨੂੰ ਵਾਅਦਾ ਮਾਫ ਗਵਾਹ ਬਣਾਉਂਦੇ ਹੋ ਇਹਦਾ ਫਾਇਦਾ ਕੋਈ ਨਹੀਂ, ਇਹਦਾ ਨੁਕਸਾਨ ਹੋਵੇਗਾ, ਉਲਟਾ ਇਹ ਬੰਦਾ ਇਹਦਾ ਫਾਇਦਾ ਲੈ ਜਾਵੇਗਾ ਜੀ ਕਿ ਆਪਣਾ ਬਚਾਅ ਕਰ ਜਾਵੇਗਾ। ਅਦਾਲਤ ਵਿੱਚ ਕੇਸ ਉਹਨਾਂ ਨੇ ਬੜੇ ਜ਼ੋਰ ਨਾਲ ਪੇਸ਼ ਕੀਤਾ, ਪਰ ਅਦਾਲਤ ਨੇ ਉਹਦੇ ਬਾਵਜੂਦ ਇਹਨੂੰ ਇੰਸਪੈਕਟਰ ਪ੍ਰਦੀਪ ਨੂੰ ਵਾਅਦਾ ਮਾਫ ਗਵਾਹ ਬਣਾ ਲਿਆ ਤਾਂ ਕਿ ਬਾਕੀ ਸਾਰੇ ਕੇਸ ਨੂੰ ਸਾਬਤ ਕਰ ਸਕੇ ਜੀ। ਜਿਹੜੇ ਲੋਕ ਕਹਿੰਦੇ ਆ ਕਿ ਮੁੱਖ ਦੋਸ਼ੀ ਵਾਅਦਾ ਮਾਫ ਗਵਾਹ ਨਹੀਂ ਹੋ ਸਕਦਾ, ਉਹ ਗਲਤ ਨੇ ਜੀ। ਅੱਗੇ ਵੀ ਕਈ ਇਹੋ ਜਿਹੇ ਕੇਸ ਆ ਜਿਨ੍ਹਾਂ 'ਚ ਮੁੱਖ ਦੋਸ਼ੀ ਨੂੰ ਵਾਅਦਾ ਮਾਫ ਗਵਾਹ ਬਣਾਇਆ ਗਿਆ ਅਤੇ ਬਣਾਇਆ ਜਾ ਸਕਦਾ ਜੀ। ਅਮਰੀਕਾ ਦੇ ਡੇਵਿਡ ਕੋਲਮੈਨ ਹੈਡਲੀ ਦਾ ਪਤਾ, ਹਾਂਜੀ, ਪਾਕਿਸਤਾਨੀ ਸੀ, ਉਹਦਾ ਨਾਂ ਤਾਂ ਦਾਊਦ ਗਿਲਾਨੀ ਸੀ, ਉੱਥੇ ਜਾ ਕੇ ਜਾਲੀ ਡੇਵਿਡ ਕੋਲਮੈਨ ਹੈਡਲੀ ਬਣਿਆ ਸੀ ਜੀ। ਉਹ ਮੁੰਬਈ ਦੀ ਅੱਤਵਾਦੀ ਵਾਰਦਾਤ ਜਿਹੜਾ ਬਹੁਤ ਵੱਡਾ ਹਮਲਾ ਸੀ, 166 ਲੋਕ ਮਾਰੇ ਗਏ ਸੀ ਜੀ ਜੀ, ਉਹਦੇ ਵਿੱਚ ਵੀ ਮੁੱਖ ਦੋਸ਼ੀ ਸੀ। ਡੈਨਮਾਰਕ ਤੱਕ ਵੀ ਜਾ ਕੇ ਉਹਨੇ ਸ਼ਰਾਰਤਾਂ ਕੀਤੀਆਂ ਸੀ, ਉਹਨੂੰ ਵਾਅਦਾ ਮਾਫ ਗਵਾਹ ਬਣਾ ਲਿਆ ਗਿਆ ਕਿਉਂਕਿ ਉਹਦਾ ਕੇਸ ਪ੍ਰੂਵ ਨਹੀਂ ਸੀ ਹੁੰਦਾ ਜੀ। ਜਿਹੜਾ ਦੂਜੇ ਨੰਬਰ ਦਾ ਸੀ ਤਹਾਵਰ ਰਾਣਾ, ਉਹ ਵੀ ਪਿੱਛੋਂ ਪਾਕਿਸਤਾਨੀ ਮੂਲ ਦਾ, ਹੁਣ ਉਹ ਕੈਨੇਡੀਅਨ ਸਿਟੀਜ਼ਨ ਹੈ, ਸਾਰਾ ਬੋਝ ਉਹਦੇ 'ਤੇ ਪੈ ਗਿਆ ਜੀ। ਤਹਾਵਰ ਰਾਣਾ ਮੁੜ ਮੁੜ ਕੇ ਕਹਿੰਦਾ ਰਿਹਾ ਕਿ ਮੈਂ ਤਾਂ ਇਹਦੇ ਕਹਿਣ 'ਤੇ ਕੰਮ ਕਰਦਾ ਸੀ ਜੀ, ਉਹਨੇ ਆਖਿਆ ਜੀ ਵਾਅਦਾ ਮਾਫ ਗਵਾਹ ਬਣ ਗਿਆ। ਅੱਗੋਂ ਉਹ ਜਿਹੜਾ ਜੱਜ ਸੀ ਉਹਨੇ ਸਜ਼ਾ ਦੇਣ ਲੱਗਿਆਂ ਆਖਿਆ ਡੇਵਿਡ ਕੋਲਮੈਨ ਹੈਡਲੀ ਨੂੰ ਕਿ ਤੂੰ ਬਣ ਗਿਆ ਵਾਅਦਾ ਮਾਫ ਗਵਾਹ ਜੀ, ਜਿਹੜਾ ਤੇਰਾ ਗੁਨਾਹ ਸੀ ਉਹਦੇ ਮੁਤਾਬਕ ਤਾਂ ਮੌਤ ਦੀ ਸਜ਼ਾ ਮਿਲਣੀ ਚਾਹੀਦੀ। ਹੁਣ ਵਾਅਦਾ ਮਾਫ ਬਣਨ ਤੋਂ ਬਾਅਦ ਜਦੋਂ ਜਾਂਚ ਏਜੰਸੀਆਂ ਸਰਕਾਰੀ ਵਕੀਲ ਤੇਰੇ ਵਾਸਤੇ ਕੋਈ ਵੱਧ ਸਜ਼ਾ ਮੰਗਦੇ ਹੀ ਨਹੀਂ ਜੀ, ਵੱਡੀ ਸਜ਼ਾ ਨਹੀਂ ਮੰਗ ਰਹੇ, ਇਸ ਕਰਕੇ ਮੈਂ ਤੈਨੂੰ ਕੈਪੀਟਲ ਪਨਿਸ਼ਮੈਂਟ ਮੌਤ ਦੀ ਸਜ਼ਾ ਨਹੀਂ ਦੇ ਸਕਦਾ, ਬਾਕੀ ਸਖ਼ਤ ਸਜ਼ਾ ਦੇਊਂਗਾ ਜੀ। ਇੱਥੇ ਵੀ ਇਹ ਹੈ ਕਿ ਇੰਸਪੈਕਟਰ ਪ੍ਰਦੀਪ ਨੂੰ ਜੋ ਨਾਲ ਲਾ ਕੇ ਵਾਅਦਾ ਮਾਫ ਬਣਾ ਕੇ ਫਿਰ ਉਹਦੇ 'ਚੋਂ ਬਾਕੀ ਸਾਰੇ ਕੇਸ ਨੂੰ ਪ੍ਰੂਵ ਕਰਾ ਦਿੰਦੇ ਆ, ਇਹਦਾ ਮਤਲਬ ਇਹ ਨਹੀਂ ਕਿ ਪ੍ਰਦੀਪ ਨੂੰ ਸਜ਼ਾ ਨਹੀਂ ਹੋ ਜੀ, ਪਰ ਪ੍ਰਦੀਪ ਨੂੰ ਸਜ਼ਾ ਘੱਟ ਹੋਵੇ ਜੀ, ਉਹਦੀ ਸਜ਼ਾ ਘੱਟ ਜਾਵੇਗੀ, ਉਹ ਬਾਕੀ ਸਾਰਿਆਂ ਨੂੰ ਫਸਾਉਣ ਦਾ ਇੱਕ ਕਾਰਨ ਬਣ ਜਾਵੇਗਾ। ਇਹਦੇ ਨਾਲ ਨਾਲ ਇਹ ਨਹੀਂ ਸਮਝਣਾ ਚਾਹੀਦਾ ਕਿ ਹੁਣੇ ਹੀ ਇਹ ਗੱਲ ਖਤਮ ਹੋ ਜਾਣੀ ਹੈ,
ਪ੍ਰਦੀਪ ਦੇ ਬਿਆਨਾਂ ਦੇ ਵਿੱਚ ਬਹੁਤ ਕੁਛ ਹੈ ਜੀ। ਉਹਨਾਂ ਬਿਆਨਾਂ 'ਚ ਸਾਬਕਾ ਡੀ ਜੀ ਪੀ ਸਮੇਤ ਸਿੰਘ ਸੈਣੀ ਦਾ ਨਾਮ ਵੀ ਆਉਂਦਾ ਕਿ ਸਾਰੀ ਸ਼ੋਧ ਦੇ ਪੱਧਰ 'ਤੇ ਘੜੀ ਗਈ ਜੀ। ਉਹਨੇ ਕਈਆਂ ਹੋਰਨਾਂ ਦੇ ਨਾਮ ਵੀ ਲਏ। ਵਿਸ਼ੇਸ਼ ਜਾਂਚ ਟੀਮ ਦਾ ਜਿਹੜਾ ਡਿਪਟੀ ਚੀਫ ਹੈ ਉਹ ਕਹਿੰਦਾ ਇੱਕ ਵੱਡੇ ਰਾਜਸੀ ਲੀਡਰ ਦਾ ਨਾਮ ਵੀ ਆਉਂਦਾ ਜੀ। ਇਹ ਸਾਰੀਆਂ ਗੱਲਾਂ ਜਦੋਂ ਆਉਂਦੀਆਂ ਨੇ ਤਾਂ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਕੱਲ੍ਹ ਕਿਉਂਕਿ ਸੈਸ਼ਨ ਕੋਰਟ ਨੇ ਮੰਨ ਲਿਆ ਕਿ ਇਹ ਵਾਅਦਾ ਮੁਆਫ ਗਵਾਹ ਬਣ ਜਾਵੇ ਤਾਂ ਬਣ ਜਾਊਗਾ। ਅਜੇ ਇਹ ਵੇਖੋ ਕਿ ਜਿਹੜੀ ਦੂਸਰੀ ਧਿਰ ਆ ਜਿਹੜੇ ਡਿਫੈਂਡੈਂਟ ਨੇ ਬਚਾਜ ਕਰਨਾ ਜਿਹਨਾਂ ਨੇ ਆਪਣਾ ਜੀ ਦੋਸ਼ੀਆਂ ਦੀ ਧਿਰ, ਉਹਨਾਂ ਨੇ ਹਾਈ ਕੋਰਟ ਜਾ ਕੇ ਆਖਣਾ ਜੀ ਸੈਸ਼ਨ ਕੋਰਟ ਦਾ ਫੈਸਲਾ ਗਲਤ ਹੈ, ਤੁਸੀਂ ਇਹਨੂੰ ਵਾਅਦਾ ਮੁਆਫ ਨਹੀਂ ਬਣਾ ਸਕਦੇ ਜੀ। ਹਾਈ ਕੋਰਟ ਇੱਕ ਪੇਸ਼ੀ ਪਾਵੇ, ਦੋ ਪੇਸ਼ੀਆਂ ਪਾਵੇ, ਤਿੰਨ ਪਾਵੇ, ਉਸ ਤੋਂ ਬਾਅਦ ਹਾਈ ਕੋਰਟ ਜਿਹੜੀ ਆ ਸੈਸ਼ਨ ਕੋਰਟ ਦਾ ਫੈਸਲਾ ਰੱਦ ਵੀ ਕਰ ਸਕਦੀ ਹੈ ਜੀ। ਰੱਦ ਕਰਨ ਤੋਂ ਇਲਾਵਾ ਹਾਈ ਕੋਰਟ ਇਸ ਫੈਸਲੇ ਨੂੰ ਪ੍ਰਵਾਨਗੀ ਵੀ ਦੇ ਸਕਦੀ ਹੈ। ਫਿਰ ਵੀ ਦੋਵਾਂ ਤਰ੍ਹਾਂ 'ਚੋਂ ਜੇ ਹਾਈ ਕੋਰਟ ਨੇ ਫੈਸਲਾ ਰੱਦ ਕਰਤਾ ਸਰਕਾਰ ਸੁਪਰੀਮ ਕੋਰਟ ਜਾਊ, ਜੇ ਹਾਈ ਕੋਰਟ ਨੇ ਆਖਿਆ ਸੈਸ਼ਨ ਕੋਰਟ ਦਾ ਫੈਸਲਾ ਠੀਕ ਆ ਫਿਰ ਇਹ ਸੁਪਰੀਮ ਕੋਰਟ ਜਾਣਗੇ ਜੀ। ਮਾਮਲਾ ਜੇ ਸੁਪਰੀਮ ਕੋਰਟ ਤੱਕ ਜਾਣਾ, ਇਸ ਕਰਕੇ ਇਹ ਨਹੀਂ ਸਮਝਣਾ ਚਾਹੀਦਾ ਕਿ ਇੰਸਪੈਕਟਰ ਵੱਧ ਪ੍ਰਦੀਪ ਦੇ ਵਾਅਦਾ ਮੁਆਫ ਗਵਾਹ ਬਣਨ ਨਾਲ ਕੇਸ ਅੱਗੇ ਤੁਰ ਪਿਆ, ਅਜੇ ਇਹਦੇ ਰਾਜ ਬੜੇ ਅੜਿੱਕੇ ਆ ਜੀ। ਮਤਲਬ ਅਜੇ ਉਹ ਸੈਲਫ ਵੱਜਣ ਵਾਲੀ ਗੱਲ ਹੀ ਆ, ਅਜੇ ਤਾਂ ਗੱਡੀ ਬੜੀ ਦੂਰ ਜਾਣੀ। ਵੇਖੋ ਲਾਟਰੀ ਪਾਤੀ, ਪਤਾ ਨਹੀਂ ਉਹ ਟਿਕਟ ਦਾ ਕੀ ਬਣਦਾ ਬਾਅਦ 'ਚ। ਅੱਛਾ ਮਾਨ ਸਾਹਿਬ, ਇਹ ਆਪਾਂ ਅੱਜ ਇਸ ਵਕਤ ਜਿਹੜਾ ਮਾਹੌਲ ਚੱਲਦਾ ਪਿਆ, ਮੌਨਸੂਨ ਸੈਸ਼ਨ ਕਹਿੰਦੇ ਚੱਲਦਾ ਪਾਰਲੀਮੈਂਟ ਦਾ, ਉਹਦੇ 'ਚ ਬਾਕੀ ਚੀਜ਼ਾਂ ਦਾ ਕਈ ਕੁਛ ਹੋਈ ਜਾਂਦਾ, ਪਰ ਇੱਕ ਜਿਹੜਾ ਖੇਤੀ ਆਰਡੀਨੈਂਸਾਂ ਦੇ ਉੱਪਰ ਇਸ ਵਕਤ ਸਾਰੇ ਦੇਸ਼ ਦਾ ਧਿਆਨ ਲੱਗਿਆ ਪਿਆ, ਅਤੇ ਖਾਸ ਕਰਕੇ ਪੰਜਾਬ ਦਾ ਤਾਂ ਲੱਗਿਆ ਹੀ ਪਿਆ, ਪੰਜਾਬੀ ਚਾਹੇ ਜਿੱਥੇ ਮਰਜ਼ੀ ਵਸਦੇ ਆ। ਉਹਦੇ 'ਚ ਜੋ ਅਕਾਲੀ ਦਲ ਨੇ ਸਟੈਂਡ ਲੈ ਲਿਆ ਉਹਦੇ ਤੋਂ ਬਾਕੀ ਚੀਜ਼ਾਂ ਦਾ ਤਾਂ ਚਲੋ ਅਸਰ ਦੇਖਿਆ ਜਾ ਰਿਹਾ, ਜਿਹੜੀ ਇੱਕ ਮੇਨ ਗੱਲ ਹੈ ਉਹ ਹੈ ਕਿ ਵੀ ਅਕਾਲੀ ਦਲ ਅਤੇ ਬੀਜੇਪੀ ਦੇ ਜਿਹੜੇ ਰਾਜਸੀ ਗੱਠਜੋੜ ਦੀ ਗੱਲ ਹੈ ਜਾਂ ਨਿਰਿਸ਼ਤਿਆਂ ਦੀ ਗੱਲ ਹੈ, ਉਹਨਾਂ 'ਤੇ ਕੀ ਅਸਰ ਦੇਖਦੇ ਹੋ? ਤੁਹਾਨੂੰ ਲੱਗਦਾ ਕਿ ਬੀਜੇਪੀ ਚੁੱਪ ਹੀ ਕੀਤੀ ਰਹੂਗੀ ਇਹਦੇ 'ਤੇ? ਦੇਖੋ ਇਹਦੀਆਂ ਦੋ ਗੱਲਾਂ ਹੋ ਸਕਦੀਆਂ। ਇੱਕ ਤਾਂ ਇਹ ਹੋ ਸਕਦੀ ਹੈ ਕਿ ਲੋਕਾਂ ਵਿੱਚ ਜਿੰਨਾ ਦਬਾਅ ਬਣ ਗਿਆ ਸੀ ਜੀ ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਸਾਰੇ ਪੰਜਾਬ 'ਚ, ਉਸ ਦਬਾਅ ਤੋਂ ਅਕਾਲੀ ਦਲ ਦੀ ਲੀਡਰਸ਼ਿਪ ਨੇ ਘਬਰਾਹਟ ਵਿੱਚ ਇਹ ਫੈਸਲਾ ਲਿਆ ਹੋਵੇ ਕਿ ਸਾਨੂੰ ਕੇਂਦਰ ਦੀ ਵਜ਼ੀਰੀ ਛੱਡਣੀ ਮਨਜ਼ੂਰ ਹੈ ਜੀ। ਇੱਕ ਦੋ ਵੈਬਸਾਈਟਾਂ ਨੇ ਲਿਖ ਵੀ ਦਿੱਤਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਅਸਤੀਫਾ ਦੇ ਸਕਦੀ ਹੈ ਜੀ। ਦਿੰਦੇ ਕਿ ਨਹੀਂ ਦਿੰਦੇ ਪਤਾ ਨਹੀਂ, ਇਹ ਹੋ ਵੀ ਸਕਦਾ ਨਹੀਂ ਵੀ। ਇੱਕ ਤਾਂ ਇਹ ਆ ਵੀ ਇਹਨਾਂ ਨੇ ਉਸ ਘਬਰਾਹਟ ਵਿੱਚ ਜਾਂ ਦੂਰਦਰਸ਼ੀ ਰੱਖ ਕੇ ਕਿ ਲੋਕਾਂ 'ਚ ਕੱਟੇ ਨਾ ਜਾਂਦੇ ਹੋਈਏ ਜੀ, ਮੂੰਹ ਵੀ ਕੱਲ੍ਹ ਨੂੰ ਪੰਜਾਬ 'ਚ ਵਿਖਾਉਣਾ, ਇਹਨਾਂ ਇੱਕ ਸਟੈਂਡ ਲੈ ਲਿਆ ਜੀ। ਸੁਖਬੀਰ ਸਿੰਘ ਬਾਦਲ ਨੇ ਮੰਗਲਵਾਰ ਸ਼ਾਮ ਨੂੰ ਜਿਹੜੀ ਉੱਥੇ ਤਕਰੀਰ ਕੀਤੀ ਪਾਰਲੀਮੈਂਟ 'ਚ, ਉਹ ਬੜੀ ਸਾਫ਼ ਸੀ ਕਿ ਸਾਨੂੰ ਤਾਂ ਭਰੋਸੇ 'ਚ ਨਹੀਂ ਲਿਆ, ਜਦੋਂ ਤੁਸੀਂ ਮੰਤਰੀ ਮੰਡਲ 'ਚ ਵੀ ਰੱਖਣਾ ਅਤੇ ਸਾਡੀ ਪ੍ਰਤੀਨਿਧ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੀ ਆ ਜੀ ਇਹਦੇ ਆਖਿਆ ਸੀ ਕਿੱਦਾਂ ਨਾ ਰੱਖੋ, ਸਲਾਹ ਕਰਨੀ ਚਾਹੀਦੀ ਹੈ, ਇਹਨੂੰ ਵੀ ਭਰੋਸੇ 'ਚ ਨਹੀਂ ਲਿਆ। ਉਹਨਾਂ ਸਿੱਧੇ ਤੌਰ 'ਤੇ ਬੀਜੇਪੀ ਦੇ ਬੇ ਭਰੋਸਗੀ ਦਾ ਦੋਸ਼ ਲਾਇਆ ਜੀ। ਬੀਜੇਪੀ ਵਾਲੇ ਉੱਤੇ ਭੜਕਣੇ ਚਾਹੀਦੇ ਸੀ ਪਰ ਬੀਜੇਪੀ ਵਾਲਾ ਕੋਈ ਭੜਕਿਆ ਹੀ ਨਹੀਂ। ਇਹਦੇ 'ਚੋਂ ਇੱਕ ਦੂਸਰਾ ਪ੍ਰਭਾਵ ਮਿਲਦਾ ਵੀ ਕਿਤੇ ਇਹ ਤਾਂ ਨਹੀਂ ਕਿ ਆਪਸ ਵਿੱਚ ਸਹਿਮਤੀ ਹੋਈ ਹੋਵੇ ਕਿ ਪੰਜਾਬ ਵਿੱਚ ਆਪਣਾ ਆਧਾਰ ਬਚਾਉਣ ਵਾਸਤੇ ਤੁਹਾਡੀਆਂ ਦੋ ਵੋਟਾਂ ਨਾ ਵੀ ਪੈਣਗੀਆਂ ਤਾਂ ਕੀ ਫਰਕ ਪੈਂਦਾ, ਤੁਸੀਂ ਸਾਡਾ ਵਿਰੋਧ ਕਰ ਦਿਓ ਜੀ, ਪਰ ਉੱਥੇ ਤਕਰੀਰ ਵੀ ਤੁਸੀਂ ਕਰ ਲਿਓ, ਆਪਸੀ ਸਹਿਮਤੀ ਹੋਵੇ ਕਿ ਤਕਰੀਰ ਕਰਨ ਦੀ ਖਾਤਰ ਕੀਤੀ ਹੈ, ਵੋਟ ਆਪਣਾ ਆਧਾਰ ਬਣਾਉਣ ਬਚਾਉਣ ਵਾਸਤੇ ਹੀ ਖਿਲਾਫ ਆਈ ਹੈ। ਹੁਣ ਅਸਲ ਗੱਲ ਕੀ ਹੈ ਕਿ ਦੋਵਾਂ ਦੀ ਆਪਸ ਵਿੱਚ ਅੰਦਰ ਖਾਤੇ ਸਹਿਮਤੀ ਹੋਈ ਹੈ ਜਾਂ ਅਕਾਲੀ ਦਲ ਤੋੜ ਵਿਛੋੜੇ ਦੇ ਰਾਹ ਪੈ ਗਿਆ, ਇਹ ਕਿਸੇ ਨੂੰ ਬਾਹਰ ਨਹੀਂ ਪਤਾ ਜੀ, ਜਾਂ ਬੀਜੇਪੀ ਲੀਡਰਸ਼ਿਪ ਨੂੰ ਪਤਾ ਜਾਂ ਇਹਨਾਂ ਨੂੰ ਪਤਾ। ਜੇ ਇਹ ਸੱਚੀ ਮੁੱਚੀ ਇਸ ਰਾਹ 'ਤੇ ਪੈ ਗਏ ਹੋਣ ਅਤੇ ਫਿਰ ਇਹਦੇ ਤੋਂ ਬਾਅਦ ਇਹਨਾਂ ਨੂੰ ਪੰਜਾਬ ਵਿੱਚ ਜਾਣ ਲੱਗਿਆਂ ਕਈ ਕੁਛ ਹੋਰ ਵੇਖਣਾ ਪੈਣਾ ਜੀ। ਬੀਜੇਪੀ ਵੀ ਐਡਾ ਸੌਖਾ ਕਿਸੇ ਨੂੰ ਆਪਣੇ ਜਾਲ 'ਚੋਂ ਨਿਕਲ ਕੇ ਪਾਸੇ ਨਹੀਂ ਜਾਣ ਦਿੰਦੀ ਜੀ ਜੀ, ਉਹ ਕਈ ਕੁਛ ਹੋਰ ਕਰੇਗੀ। ਜਿਨ੍ਹਾਂ ਨੇ ਪਿਛਲੇ ਸਾਲ ਪਦਮ ਵਿਭੂਸ਼ਣ ਸੁਖਦੇਵ ਸਿੰਘ ਢੀਂਡਸੇ ਬਾਰੇ ਐਲਾਨ ਕਰਵਾਇਆ ਸੀ, ਐਵੇਂ ਥੋੜ੍ਹਾ ਕਰਾਇਆ ਸੀ ਜੀ ਜੀ ਜੀ, ਅੰਦਰੇ ਅੰਦਰ ਉਹ ਪੰਜਾਬ ਦੇ ਵਿੱਚੋਂ ਇੱਕ ਸਿੱਖ ਚਿਹਰਾ ਵੀ ਭਾਲਦੇ ਪਏ ਆ, ਉਹ ਵੀ ਹੋ ਸਕਦਾ, ਇੱਥੋਂ ਤੱਕ ਵੀ ਗੱਲ ਆ ਸਕਦੀ ਹੈ। ਇੱਕ ਦੂਸਰੀ ਗੱਲ ਜਿਹਦੀ ਇਹ 'ਚ ਸਿਫਤੀ ਤਬਦੀਲੀ ਆਈ, ਕੁਆਲੀਟੇਟਿਵ ਚੇਂਜ, ਉਹ ਇਹ ਹੈ ਕਿ ਇਸ ਸਾਲ ਦੇ ਮਾਰਚ ਤੱਕ ਲਾਕਡਾਊਨ ਲੱਗਣ ਤੱਕ ਭਾਜਪਾ ਦੇ ਲੀਡਰ ਕਹਿੰਦੇ ਸੀ, ਅਕਾਲੀ ਕਹਿੰਦੇ ਅਜੇ 9 ਮਾਸ ਦਾ ਰਿਸ਼ਤਾ, 9 ਹੀ ਮਾਸ ਨੂੰ ਟੁੱਕਦਾ, ਉਹਦਾ ਮਾਸ ਤਾਂ ਕਦੇ ਟੁੱਕਦਾ ਨਹੀਂ ਜੀ। ਉਹ ਇਹ ਕਹਿੰਦੇ ਸੀ ਕਿ ਅਕਾਲੀ 9 ਨੇ ਅਤੇ ਅਸੀਂ ਤਾਂ ਮਾਸ ਹੈ, ਸਾਨੂੰ 9 ਟੁੱਕੀ ਜਾ ਰਿਹਾ, ਅਕਾਲੀ ਦਲ ਟੁੱਕ ਰਿਹਾ ਜੀ ਜੀ। ਹੁਣ ਅਚਾਨਕ ਸਥਿਤੀ ਇਹ ਬਦਲ ਗਈ ਹੈ ਕਿ ਅਕਾਲੀ ਦਲ ਦੇ ਲੀਡਰ ਕਹਿੰਦੇ ਆ ਕਿ ਰਿਸ਼ਤਾ ਤਾਂ 9 ਮਾਸ ਦਾ ਸੀ, 9 ਮਾਸ ਨੂੰ ਟੁੱਕੀ ਜਾ ਰਿਹਾ। ਉਹ 9 ਦਿੱਲੀ ਤੋਂ ਭਾਜਪਾ ਲੀਡਰਸ਼ਿਪ ਨੂੰ ਕਹਿੰਦੇ ਆ ਜੀ ਕਿ ਉਹ ਜਿਹੜੀ ਭਾਜਪਾ ਦੀ ਲੀਡਰਸ਼ਿਪ ਆ 9 ਵਾਂਗ ਸਾਨੂੰ ਮਾਸ ਸਮਝ ਕੇ ਟੁੱਕੀ ਜਾ ਰਹੀ ਹੈ, ਹਰ ਗੱਲ 'ਤੇ ਸਾਨੂੰ ਬਲੀ ਦਾ ਬੱਕਰਾ ਬਣਾਉਂਦੀ ਹੈ, ਅਸੀਂ ਲੋਕਾਂ 'ਚ ਜਾ ਕੇ ਕੀ ਮੂੰਹ ਵਿਖਾਉਣਾ। ਇਸ ਇੱਕ ਮੁੱਦੇ ਦੇ ਉੱਤੇ ਆ ਕੇ ਅਕਾਲੀ ਦਲ ਦਾ ਅਤੇ ਭਾਜਪਾ ਦਾ ਜਿਹੜਾ ਟਕਰਾਅ ਇੱਥੋਂ ਤੱਕ ਚਲਾ ਜਾਵੇ ਜੀ, ਉਸ ਟਕਰਾਅ 'ਚੋਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਟਕਰਾਅ ਸੀ ਜਿਹੜਾ ਚੰਦਰ ਬਾਬੂ ਨਾਇਡੂ ਨੂੰ ਬੀਜੇਪੀ ਤੋਂ ਦੂਰ ਲੈ ਗਿਆ ਸੀ ਜੀ ਜੀ, ਇੱਦਾਂ ਦੇ ਕਈ ਮੌਕੇ ਆਏ ਨੇ
ਮਮਤਾ ਬੈਨਰਜੀ ਵੀ ਕਿਸੇ ਵਕਤ ਇਹਨਾਂ ਦੇ ਬਹੁਤ ਨੇੜੇ ਹੁੰਦੀ ਸੀ, ਵਾਜਪੇਈ ਸਰਕਾਰ 'ਚ ਮੰਤਰੀ ਹੁੰਦੀ ਸੀ, ਪਰ ਮੌਕੇ ਆਏ ਅਤੇ ਮਮਤਾ ਬੈਨਰਜੀ ਵੀ ਹੌਲੀ ਹੌਲੀ ਛੋਟੀਆਂ ਛੋਟੀਆਂ ਗੱਲਾਂ ਤੋਂ ਟਕਰਾਅ 'ਚ ਫਿਰ ਪੂਰੀ ਤਰ੍ਹਾਂ ਪੂਰੇ ਟਕਰਾਅ 'ਚ ਆ ਗਈ ਸੀ ਜੀ। ਇਹ ਕੱਲ੍ਹ ਨੂੰ ਪੂਰੇ ਟਕਰਾਅ 'ਚ ਵੀ ਆ ਸਕਦੇ ਆ, ਪਲ ਪਲ ਦੀਆਂ ਸਥਿਤੀਆਂ ਬਦਲਦੀਆਂ ਨੇ। ਕੋਈ ਵੀ ਇਸ ਵੇਲੇ ਜੇ ਰਾਜਨੀਤਿਕ ਮਾਮਲਿਆਂ ਦਾ ਮਾਹਰ ਇਹ ਆਖੇ ਕਿ ਭੜਕੇ ਫਲਾਣੀ ਗੱਲ ਹੋ ਹੀ ਜਾਣੀ ਆ ਤਾਂ ਗਲਤ ਕਰੂਗਾ ਜੀ। ਕੱਲ੍ਹ ਨੂੰ ਇਹਨਾਂ ਦਾ ਆਪਸ ਵਿੱਚ ਬਹਿ ਕੇ ਸਮਝੌਤਾ ਵੀ ਹੋ ਸਕਦਾ ਕਿ ਤੁਸੀਂ ਨੱਕ ਬਚਾਉਣ ਵਾਸਤੇ ਵਿਰੋਧ 'ਚ ਵੋਟ ਪਾਉਣੀ ਸੀ ਪਾ ਲਈ, ਬਾਕੀ ਗੱਲਾਂ 'ਤੇ ਤਾਂ ਆਪਾਂ ਮਿਲ ਕੇ ਚੱਲਾਂਗੇ ਨਾ। ਬਿਲਕੁਲ, ਇਹ ਕਹਿਣਗੇ ਤੁਸੀਂ ਬਿੱਲ ਪਾਸ ਕਰਾਉਣਾ ਸੀ ਕਰਾ ਲਿਆ, ਅਸੀਂ ਪੰਜਾਬ ਦੇ ਲੋਕਾਂ ਕੋਲ ਸੱਚੇ ਹਾਂ, ਬਾਕੀ ਗੱਲਾਂ 'ਤੇ ਮਿਲ ਕੇ ਚੱਲਾਂਗੇ। ਪਰ ਜਦੋਂ ਕੱਲ੍ਹ ਨੂੰ ਪੰਜਾਬ ਵਿੱਚ ਕੋਈ ਚੋਣ ਹੋਈ ਅਤੇ ਦੋਵੇਂ ਜਣੇ ਇਕੱਠੇ ਆਏ, ਲੋਕ ਫਿਰ ਪੁੱਛਣਗੇ ਕਿ ਐਡੇ ਵੱਡੇ ਮੁੱਦੇ 'ਤੇ ਸਾਰਾ ਪੰਜਾਬ ਵੀ ਬੰਦ ਹੋਇਆ ਰਿਹਾ ਜੀ, ਸਾਰੀਆਂ ਸੜਕਾਂ ਕਿਸਾਨਾਂ ਨੇ ਘੇਰ ਲਈਆਂ, ਕਿਸਾਨਾਂ ਨੇ ਬਾਦਲ ਪਿੰਡ ਵਾਲੀ ਕੋਠੀ ਦੇ ਅੱਗੇ ਵੀ ਜਾ ਕੇ ਤੰਬੂ ਲਾ ਤੇ ਅਤੇ ਇੰਨਾ ਕੁਝ ਕਰਵਾ ਕੇ, ਅਤੇ ਜੇ ਤੁਸੀਂ ਫਿਰ ਇਕੱਠੇ ਹੀ ਹੋਣਾ ਸੀ ਅਤੇ ਫਿਰ ਉਹ ਬਿੱਲ ਵੀ ਪਾਸ ਕਰਨ ਦੀ ਕੀ ਲੋੜ ਸੀ। ਇਹ ਜਿਹੜਾ ਕਿਸਾਨੀ ਬਾਰੇ ਬਿੱਲ ਪਾਸ ਕੀਤਾ ਜਾ ਰਿਹਾ ਇਹ ਸਾਰੇ ਦੇਸ਼ ਬਾਰੇ ਨਹੀਂ ਗਾ ਜੀ ਜੀ, ਘੱਟੋ ਘੱਟ ਖਰੀਦ ਕੀਮਤ ਦਾ ਅਸਰ ਬਾਕੀ ਸਾਰੇ ਦੇਸ਼ 'ਤੇ ਹੈ ਹੀ ਨਹੀਂ, ਇਹਦਾ ਆਸਰਿਆ ਮੁੱਖ ਤੌਰ 'ਤੇ ਪੰਜਾਬ, ਦੂਜੇ ਨੰਬਰ 'ਤੇ ਸਾਡੇ ਤੋਂ ਘੱਟ ਹਰਿਆਣੇ 'ਤੇ ਜੀ, ਹਰਿਆਣੇ 'ਤੇ ਸਾਡੇ ਬਰਾਬਰ ਹੋਣਾ ਸੀ ਪਰ ਹਰਿਆਣਾ ਛੋਟਾ ਹੋਣ ਕਰਕੇ ਦੂਜੇ ਨੰਬਰ 'ਤੇ ਆ। ਬਿਲਕੁਲ ਸਹੀ। ਰਾਜਸਥਾਨ ਦੇ ਸ਼੍ਰੀ ਗੰਗਾਨਗਰ 'ਤੇ ਇੱਕ ਅੱਧਾ ਜ਼ਿਲ੍ਹਾ ਹੋ ਰਿਹਾ, ਯੂਪੀ ਦਾ ਤਰਾਈ ਉਹਦੇ 'ਚ 3-4 ਜ਼ਿਲ੍ਹੇ ਨੇ ਜੀ, ਮੱਧ ਪ੍ਰਦੇਸ਼ ਦੇ 2-3 ਜ਼ਿਲ੍ਹੇ ਆ, ਪਰ ਬਾਕੀ ਸਾਰੇ ਭਾਰਤ ਦੇ ਉੱਤੇ ਇਸ ਬਿੱਲ ਦਾ ਕੋਈ ਅਸਰ ਹੀ ਨਹੀਂ, ਕਿਉਂਕਿ ਉੱਥੇ ਜਿਹੜੀ MSP ਹੈ ਘੱਟੋ ਘੱਟ ਖਰੀਦ ਕੀਮਤ ਉਹ ਮੁੱਦਾ ਹੀ ਉੱਥੇ ਕੋਈ ਨਹੀਂ ਗਾ। ਇਸ ਕਰਕੇ ਇਹ ਲੱਗਦਾ ਇੱਦਾਂ ਕਿ BJP ਲੀਡਰਸ਼ਿਪ ਨੇ ਗਿਣ ਮਿਥ ਕੇ ਹਰਿਆਣੇ ਦਾ ਵੀ ਭਾਵੇਂ ਨਾਂ ਰਗੜਾ ਨਿਕਲਿਆ, ਪਰ ਖਾਸ ਤੌਰ 'ਤੇ ਪੰਜਾਬ ਦਾ, ਪੰਜਾਬ ਦੀ ਇਕਾਨਮੀ ਦਾ, ਇੱਥੋਂ ਦੀ ਆਰਥਿਕਤਾ ਦਾ, ਪੰਜਾਬ ਦੇ ਕਿਸਾਨ ਦਾ, ਕਿਸਾਨ ਦੇ ਨਾਲ ਪੰਜਾਬ ਦੇ ਮਜ਼ਦੂਰ ਦਾ, ਪੰਜਾਬ ਦੇ ਆੜ੍ਹਤੀਏ ਦਾ, ਪੰਜਾਬ ਦੇ ਟਰਾਂਸਪੋਰਟਰ ਦਾ, ਪੰਜਾਬ ਦਾ ਪੱਲੇਦਾਰ ਜਿਹੜਾ ਗੱਡੀਆਂ ਦੇ ਉੱਤੇ ਮਾਲ ਲੋਡ ਕਰਦਾ ਰੇਲ ਗੱਡੀਆਂ 'ਤੇ ਜੀ ਜੀ, ਉਹਨਾਂ ਸਾਰਿਆਂ ਦਾ ਰਗੜਾ ਕੱਢ ਦਿੱਤਾ। ਇਹ ਰਗੜਾ ਕੱਢਣਾ ਜਿਹੜਾ ਫਾਰਮੂਲਾ ਸੀ ਇਹਨੂੰ ਇਸ ਹੱਦ ਤੱਕ ਪਹੁੰਚਾਉਣ ਤੋਂ ਬਾਅਦ ਜੇ ਇੱਕ ਵਾਰੀ ਵੱਖਰੀਆਂ ਵੋਟਾਂ ਪਾ ਕੇ ਕੱਲ੍ਹ ਨੂੰ ਇਕੱਠੇ ਵੀ ਹੁੰਦੇ ਆ ਤਾਂ ਲੋਕਾਂ 'ਚ ਇਹਦਾ ਚੰਗਾ ਪ੍ਰਭਾਵ ਨਹੀਂ ਜਾਣਾ। ਬਿਲਕੁਲ ਸਹੀ। ਫਿਰ ਲੋਕ ਕਹਿਣਗੇ ਵਿਖਾਵਾ ਸੀ, ਮੈਨੂੰ ਲੱਗਦਾ ਕਿ ਹੁਣ ਇੱਥੋਂ ਰਾਹ ਇਹਨਾਂ ਦੇ ਅੱਡੋ ਅੱਡ ਵੀ ਹੋ ਸਕਦੇ ਜੀ। ਚਲੋ ਇਹ ਵੀ ਚੰਦ ਦਿਨਾਂ 'ਚ ਗੱਲ ਪਤਾ ਲੱਗ ਜਾਣੀ ਹੈ ਕਿ ਵੀ ਕਿੰਨੀ ਕੁ ਸੱਚਾਈ ਇਹਨਾਂ ਗੱਲਾਂ 'ਚ। ਆਪਾਂ ਸਭ ਇੱਕ ਚਾਈਨਾ ਅਤੇ ਜਿਹੜਾ ਭਾਰਤ ਦਾ ਰਿਸ਼ਤਾ ਹੈ, ਖਾਸ ਕਰਕੇ ਇਸ ਵਾਲੇ ਪਾਸੇ ਲੱਦਾਖ ਵਾਲੇ ਪਾਸੇ ਹੁਣ ਰੌਲਾ ਪਿਆ, ਇਹ ਥੋੜ੍ਹਾ ਜਿਹਾ ਸਮਝਾਓ। ਕਦੀ ਕਹਿੰਦੇ ਆ ਜੇ ਆਪਾਂ ਰੂਸ ਦੇ ਵਿੱਚ ਮੁਲਾਕਾਤਾਂ ਕਰ ਲਈਆਂ, ਦੋ ਦੋ ਮੰਤਰੀ ਜਾ ਕੇ ਮੁਲਾਕਾਤ ਵੀ ਕਰੇ ਆਉਂਦੇ ਆ। ਹੁਣ ਰਾਜਨਾਥ ਸਿੰਘ ਹੋਰਾਂ ਦਾ ਬਿਆਨ ਇਹ ਆਉਂਦਾ ਹੈ ਕਿ ਵੀ ਉੱਥੇ ਚਾਈਨਾ ਦਾ ਗੋਲਾ ਬਰੂਦ ਜਮ੍ਹਾਂ ਕਰੀ ਜਾਂਦਾ, ਉਹ ਅੱਗੇ ਨੂੰ ਵਧੀ ਜਾਂਦਾ, ਭਾਰਤ ਨੂੰ ਮਨਜ਼ੂਰ ਨਹੀਂ। ਕਦੀ ਇਹ ਬਿਆਨ ਆਉਂਦਾ ਵੀ ਨਹੀਂ ਨਹੀਂ ਉਹ ਤਾਂ ਆਏ ਨਹੀਂ, ਇਹ ਕੀ ਆ ਫਿਰ, ਸੱਚ ਕੀ ਆ ਜੀ? ਦੇਖੋ, ਜਦੋਂ ਬੰਗਲਾਦੇਸ਼ ਦੀ ਜੰਗ ਤੋਂ ਬਾਅਦ ਪਾਕਿਸਤਾਨ ਦੇ 98,000 ਫੌਜੀ ਸਾਡੀ ਕੈਦ ਸਨ ਜੀ, ਉਦੋਂ ਇੰਦਰਾ ਗਾਂਧੀ ਸਾਡੀ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਜ਼ੁਲਫਕਾਰ ਅਲੀ ਭੁੱਟੋ 2-3 ਵਾਰ ਮਿਲੇ ਸਨ ਜੀ, ਕਦੇ ਸ਼ਿਮਲੇ 'ਚ, ਕਦੇ ਪਾਕਿਸਤਾਨ ਦਾ ਸ਼ਿਮਲੇ ਦੇ ਬਰਾਬਰ ਦਾ ਪਹਾੜ ਆ ਮਰੀ ਜੀ, ਉਹਨੂੰ ਕੋਹ ਮਰੀ ਕਹਿੰਦੇ, ਕੋਹ ਦਾ ਮਤਲਬ ਪਹਾੜ ਹੁੰਦਾ, ਹਿਮਾਲੀਆ ਨੂੰ ਵੀ ਪੁਰਾਣੇ ਲੋਕ ਕੋਹ ਹਿਮਾਲੀਆ ਕਹਿੰਦੇ ਆ ਜੀ। ਅੱਛਾ, ਉਹ ਮਰੀ ਦੇ ਵਿੱਚ ਅਤੇ ਸ਼ਿਮਲੇ 'ਚ ਮਿਟ ਗਿਆ ਹੋਈਆਂ ਸਨ, ਗੱਲ ਕਿਸੇ ਪਾਸੇ ਲੱਗਦੀ ਨਹੀਂ ਸੀ। ਉਦੋਂ ਪਾਕਿਸਤਾਨ ਦੇ ਇੱਕ ਕਵੀ ਨੇ ਆਖਿਆ ਸੀ, ਯਾਰ ਭੁੱਟੋ ਮੀਆਂ ਇਹ ਕੀ ਕਰੀ ਜਾਂਦਾ, ਨਾਲੇ ਦਿਲ ਕੱਢਦਾ ਨਾਲੇ ਡਰੀ ਜਾਂਦਾ, ਕਦੇ ਜਾਏ ਸ਼ਿਮਲੇ ਕਦੇ ਮਰੀ ਜਾਂਦਾ। ਮਰੀ ਜਾਂਦਾ ਦਾ ਮਤਲਬ ਮਰੀ ਪਹਾੜ ਵੀ ਸੀ ਅਤੇ ਦੂਜਾ ਇਹ ਵੀ ਸੀ ਕਿ ਡਰਦਾ ਮਰੀ ਜਾਂਦਾ, ਕਦੇ ਜਾਏ ਸ਼ਿਮਲੇ ਕਦੇ ਮਰੀ ਜਾਂਦਾ, ਇਹ ਦੋ ਅਰਥ ਸੀਗੇ। ਇਸ ਵੇਲੇ ਹੁਣ ਉਹੋ ਹੀ ਗੱਲ ਬਣੀ ਪਈ ਆ ਚੀਨ ਦੇ ਮਾਮਲੇ 'ਤੇ। ਅਸੀਂ ਇੱਕ ਦਿਨ ਮੀਟਿੰਗਾਂ ਕਰਦੇ, ਕਹਿੰਦੇ ਬੜੀ ਸੁਖਾਵੀਂ ਮੀਟਿੰਗ ਹੋਈ ਜੀ, ਅਗਲੇ ਦਿਨ ਕਹਿੰਦੇ ਜੀ ਚੀਨ ਆਪਣੀ ਆਦਤ ਤੋਂ ਬਾਜ਼ ਨਹੀਂ ਆਉਂਦਾ, ਜੇ ਆਦਤਾਂ ਤੋਂ ਬਾਜ਼ ਨਹੀਂ ਆਉਂਦਾ ਤਾਂ ਮੀਟਿੰਗ ਸੁਖਾਵੀਂ ਕਾਹਦੀ ਹੋਈ ਸੀ, ਸਿਰਫ ਹੱਥ ਮਿਲਾਉਣ ਦੀ, ਇੱਦਾਂ ਤਾਂ ਕੋਈ ਫਾਇਦਾ ਨਹੀਂ ਹੁੰਦਾ। ਬਿਲਕੁਲ, ਮੀਟਿੰਗ ਕਦੇ ਸਾਡੀ ਬਾਰਡਰ ਦੇ ਉੱਤੇ ਹੁੰਦੀ, ਕੰਟਰੋਲ ਰੇਖਾ 'ਤੇ, ਉਹਨਾਂ ਦੇ ਪਾਸੇ ਹੋਏ ਸਾਡੇ ਪਾਸੇ ਹੋਏ, ਲੈਫਟੀਨੈਂਟ ਜਨਰਲ ਪੱਧਰ ਦੀਆਂ ਮੀਟਿੰਗਾਂ ਹੋ ਚੁੱਕੀਆਂ ਨੇ, ਕਦੇ ਸਾਡੇ ਵਿਦੇਸ਼ ਮੰਤਰੀਆਂ ਦੇ ਪੱਧਰ ਦੀ ਮੀਟਿੰਗ ਹੁੰਦੀ ਹੈ, ਕਦੇ ਦੋਵਾਂ ਤਰ੍ਹਾਂ ਦੇ ਜਿਹੜੇ ਕੌਮੀ ਸੁਰੱਖਿਆ ਸਲਾਹਕਾਰ ਹੈ ਉਹਨਾਂ ਦੇ ਪੱਧਰ ਦੀ ਮੀਟਿੰਗ ਹੁੰਦੀ ਹੈ, ਕਦੇ ਸਾਡੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਹੁੰਦੀ ਹੈ, ਕਦੇ ਸਾਡੇ ਡਿਪਲੋਮੈਟ ਮਿਲਦੇ ਆ, ਇੰਨੀਆਂ ਮੀਟਿੰਗਾਂ, ਮੀਟਿੰਗਾਂ ਚੱਕਰ ਮੀਟਿੰਗਾਂ ਆਈਆਂ ਮੀਟਿੰਗਾਂ ਗਈਆਂ, ਇਹਦੇ ਵਿੱਚੋਂ ਨਿਕਲਦਾ ਤਾਂ ਕੱਖ ਵੀ ਨਹੀਂ ਪਿਆ ਜੀ। ਪਾਰਲੀਮੈਂਟ ਦੇ ਵਿੱਚ ਵੀ ਪੁੱਛਿਆ ਜਾ ਰਿਹਾ, ਅਤੇ ਜਿਹੜਾ ਸਾਡੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਿਆਨ ਹੈ ਉਹ ਤਾਂ ਫਿਰ ਉੱਥੇ ਆ ਜਾਂਦਾ ਜਿੱਥੇ ਮੋਦੀ ਸਾਹਿਬ ਦਾ ਭਾਸ਼ਣ ਸੀ ਜੀ। ਮੋਦੀ ਸਾਹਿਬ ਨੇ ਚੀਨ ਦੇ ਮਸਲੇ 'ਤੇ ਜਿਹੜੀ ਸਰਵ ਪਾਰਟੀ ਮੀਟਿੰਗ ਕੀਤੀ ਉਹਦੇ ਵਿੱਚ ਉਹਨਾਂ ਦਾ ਭਾਸ਼ਣ ਬਹੁਤ ਕਨਫਿਊਜ਼ ਸੀ, ਉਹ ਪਹਿਲੀ ਮੀਟਿੰਗ ਸੀਗੀ ਉਹ 'ਚ, ਉਹਨਾਂ ਨੇ ਆਖਿਆ ਕਿ ਚੀਨ ਦੀ ਫੌਜ ਸਾਡੀ ਧਰਤੀ 'ਤੇ 1 ਇੰਚ ਵੀ ਅੱਗੇ ਨਹੀਂ ਵੱਧ ਸਕੀ ਜੀ। ਅਤੇ ਦੂਜੀ ਗੱਲ ਇਹ ਆਖਦੀ ਕਿ ਚੀਨ ਜਦੋਂ ਤੱਕ ਵਾਪਸ ਆਪਣੀ ਧਰਤੀ 'ਤੇ ਨਹੀਂ ਜਾਂਦਾ ਸਾਡਾ ਇਲਾਕਾ ਨਹੀਂ ਛੱਡਦਾ, ਉਹ ਕੋਈ ਸਮਝੌਤਾ ਨਹੀਂ ਹੋ ਸਕਦਾ ਜੀ ਜੀ। ਤੀਜੀ ਇਹ ਆਖਦੀ ਕਿ ਜਦੋਂ ਚੀਨ ਵਾਲੇ ਅੱਗੇ ਆ ਗਏ ਸਾਡੇ ਬਹਾਦਰ ਫੌਜੀਆਂ ਨੇ, 20 ਜਵਾਨਾਂ ਨੇ ਆਪਣੀ ਜਾਨ ਦੀ ਬਲੀ ਦੇ ਕੇ ਉਹਨਾਂ ਨੂੰ ਅੱਗੇ ਵਧਣ ਰੋਕਿਆ, ਨਾਲੇ ਕਹਿੰਦੇ 1 ਇੰਚ ਨਹੀਂ ਵੱਧ ਸਕੇ,
ਨਾਲੇ ਕਹਿੰਦੇ ਸਾਡੀ ਹੱਦ 'ਚ ਆ ਗਏ, ਜੇ ਹੱਦ 'ਚ ਆ ਗਏ ਤਾਂ ਫਿਰ ਇਹ ਕਿਉਂ ਕਹਿੰਦੇ 1 ਇੰਚ ਨਹੀਂ ਵੱਧ ਸਕੇ? ਹੁਣ ਰਾਜਨਾਥ ਸਿੰਘ ਦਾ ਬਿਆਨ ਵੀ ਧਿਆਨ ਨਾਲ ਸੁਣਿਆ ਜਾਵੇ, ਉਸੇ ਕਿਸਮ ਦਾ ਕਨਫਿਊਜ਼ਨ ਖਿਲਾਰਦਾ, ਉਸੇ ਕਿਸਮ ਦਾ ਭਰਮ ਭੁਲੇਖਾ ਜੀ। ਉਹ ਪੰਬੜ ਭੁੱਸਾ ਦੂਰ ਨਹੀਂ ਹੁੰਦਾ ਪਿਆ ਕਿ ਉਹ ਸਾਡੀ ਹੱਦ 'ਚ ਆਏ ਆ ਕਿ ਨਹੀਂ ਆਏ। ਰਾਜਨਾਥ ਸਿੰਘ ਹੋਰੀ ਵੀ ਇਹੋ ਹੀ ਗੱਲਾਂ ਮੁੜ ਮੁੜ ਕੇ ਕਹੀ ਜਾ ਰਹੇ, ਉਹ ਜਦ ਤੱਕ ਪੁਰਾਣੀਆਂ ਪੁਜੀਸ਼ਨਾਂ 'ਤੇ ਨਹੀਂ ਜਾਂਦੇ, ਜਦ ਤੱਕ ਆਹ ਨਹੀਂ ਕਰਦੇ, ਜੇ ਉਹ ਪੁਰਾਣੀਆਂ ਪੁਜੀਸ਼ਨਾਂ 'ਤੇ ਅਜੇ ਤੱਕ ਗਏ ਨਹੀਂ ਜੀ, ਤਾਂ ਫਿਰ ਤੁਸੀਂ ਇਹ ਕਿਉਂ ਕਹਿੰਦੇ ਆ ਕਿ ਅੱਗੇ ਨਹੀਂ ਵਧਣ ਦਿੱਤੇ, 1 ਇੰਚ ਨਹੀਂ ਅੱਗੇ ਵਧੇ, ਕਹਿਣਾ ਕੀ ਚਾਹੁੰਦੇ ਹੋ? ਆ 5 ਰਫੇਲ ਜਹਾਜ਼ ਲੈ ਕੇ ਤੁਸੀਂ ਕਹਿੰਦੇ ਆ ਕਿ ਅਸੀਂ ਬਹੁਤ ਵੱਡਾ ਮਾਰਕਾ ਮਾਰ ਲਿਆ ਜੀ, ਇਹਦੇ ਨਾਲੋਂ ਜ਼ਿਆਦਾ ਉਹਨਾਂ ਕੋਲ ਦੋਵਾਂ ਤਰ੍ਹਾਂ ਦੀ ਜਿਹੜੀ ਮਿਲਟਰੀ ਦੀ ਤਾਕਤ ਹੈ ਉਹਦਾ ਤੁਲਨਾ ਤਾਂ ਕਰਕੇ ਵੇਖੋ, ਤੋਲ ਤਲਾਵਾ ਕਰੋ, ਫਿਰ ਪਤਾ ਲੱਗੂ ਸਾਡੇ ਨਾਲੋਂ ਵੱਧ ਉਹਨਾਂ ਕੋਲ ਹੈ। ਐਵੇਂ ਇਸ ਗੱਲ ਦੇ ਉੱਤੇ ਬਹੁਤਾ ਨਹੀਂ ਖੇਡਣਾ ਚਾਹੀਦਾ ਕਿ ਅਮਰੀਕਾ ਸਾਡੀ ਪਿੱਠ 'ਤੇ ਆ। ਉਹ ਜਿਹੜਾ ਇੱਕ ਪੰਜਾਬੀ ਦਾ ਮੁਹਾਵਰਾ ਨਾ, ਮਾਮੇ ਕੰਨੀ ਵੀਰ ਵਾਲੀਆਂ ਅਤੇ ਭਣੇਵਾਂ ਆਕੜਿਆ ਫਿਰੇ, ਉਹ ਅਮਰੀਕਾ ਵਾਲੀ ਜਿਹੜੀ ਇਸ ਤਰ੍ਹਾਂ ਦੀ ਧਾੜ ਆ ਉਹ ਕੱਲ੍ਹ ਨੂੰ ਆਉਂਦੀ ਹੈ ਲੋੜ ਪਈ ਤੋਂ ਕਿ ਨਹੀਂ ਆਉਂਦੀ ਪਤਾ ਨਹੀਂ। ਤੋ ਉਹਦੀ ਝਾਕ ਦੇ ਉੱਤੇ ਇਸ ਵੇਲੇ ਇਸ ਮਾਮਲੇ 'ਚ ਗੈਰ ਸੰਜੀਦਗੀ ਨਹੀਂ ਵਿਖਾਉਣੀ ਚਾਹੀਦੀ, ਗੱਲ ਮੁੱਕਦੀ ਮੁਕਾ ਲੈਣੀ ਚਾਹੀਦੀ ਹੈ, ਨਹੀਂ ਤਾਂ ਆਪੋ ਆਪਣੀਆਂ ਹੱਦਾਂ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਔਰ ਡਟ ਕੇ ਦੇਣਾ ਚਾਹੀਦਾ। ਪਰ ਜੋ ਵੀ ਸਥਿਤੀ ਹੋਵੇ ਦੇਸ਼ ਦੇ ਲੋਕਾਂ ਨੂੰ ਪਤਾ ਹੋਣੀ ਚਾਹੀਦੀ ਹੈ ਤਾਂ ਕਿ ਲੋਕ ਆਪਣੀ ਸਰਕਾਰ 'ਤੇ ਭਰੋਸਾ ਕਰ ਸਕਣ, ਪਿਛਲੇ ਸਮੇਂ 'ਚ ਭਰੋਸੇ ਨੂੰ ਥੋੜ੍ਹੀ ਜਿਹੀ ਠੇਸ ਲੱਗੀ। ਪੰਜਾਬ ਵੱਲ ਫਿਰ ਲੈ ਕੇ ਉਹਨਾਂ ਤੁਹਾਨੂੰ ਪੁੱਛਾਂ, ਪੰਜਾਬ ਦੇ ਵਿੱਚ ਜਿਹੜਾ ਬੰਦਾ ਮੰਤਰੀ ਦੀ ਕੁਰਸੀ 'ਤੇ ਬਹਿ ਜਾਂਦਾ ਉਹਨੂੰ ਇਹ ਲੱਗਦਾ ਵੀ ਹਾਂ ਜੀ ਹੁਣ ਆਪਣੇ ਹਰੇ ਪੈਨ ਦੇ ਦਸਤਖਤਾਂ ਦੇ ਵਿੱਚੋਂ ਕੁਛ ਮਾਇਆ ਨਿਕਲਣੀ ਆ ਅਤੇ ਕੁਝ ਦਸਤਖਤਾਂ ਦੇ ਵਿੱਚ ਵੀ ਮਾਇਆ ਅੜ ਜਾਵੇ। ਇਹੋ ਜਿਹਾ ਇੱਕ ਮਸਲਾ ਮੌਜੂਦਾ ਚੱਲਦਾ ਪਿਆ, ਇੱਕ ਮੈਂ ਪਿਛਲੇ ਮਸਲੇ ਦੇ ਇਰੀਗੇਸ਼ਨ ਵਾਲੇ ਮਸਲੇ ਦੇ ਬਾਅਦ ਚੱਲਦਾ। ਮੌਜੂਦਾ ਮਸਲਾ ਜਿਹੜਾ ਸਾਧੂ ਸਿੰਘ ਧਰਮਸੋਤ ਵਾਲਾ, ਉਹਦੇ 'ਤੇ ਹੁਣ ਜਿਹੜੀ ਕੋਈ ਨਵੀਂ ਅਪਡੇਟ ਆਈ ਹੈ ਖਾਸ ਕਰਕੇ ਵਿਭਾਗੀ ਜਾਂਚ ਦੀ, ਉਹਨੂੰ ਕਿਵੇਂ ਦੇਖਦੇ? ਉਹ ਮਾਮਲਾ 3 ਥਾਈਂ ਚਲਾ ਗਿਆ ਜੀ। ਇੱਕ ਤਾਂ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਤੌਰ 'ਤੇ ਜਦੋਂ ਇਹ ਵੇਖਿਆ ਕਿ ਸਾਰੇ ਪੰਜਾਬ 'ਚ ਰੌਲਾ ਪੈਂਦਾ ਜੀ, ਸਾਰੀਆਂ ਸਿਆਸੀ ਪਾਰਟੀਆਂ ਦੇ ਖਿਲਾਫ਼ ਬੋਲਦੀਆਂ ਨੇ, ਬਾਹਰ ਮੁਜ਼ਾਹਰੇ ਹੁੰਦੇ ਆ, ਇਹਦੇ ਘਰ ਅੱਗੇ ਵੀ ਮੁਜ਼ਾਹਰੇ ਹੁੰਦੇ ਆ, ਮੇਰੇ ਘਰ ਵਾਲੇ ਪਾਸੇ ਨੇ ਵੀ ਲੋਕ ਮੁਜ਼ਾਹਰਾ ਕਰਦਿਆਂ ਤੁਰਨ ਲੱਗ ਪਏ ਜੀ। ਉਹਨਾਂ ਨੇ ਆਖਿਆ ਕਿ ਇਹਦੀ ਪੜਤਾਲ ਹੋਵੇਗੀ, ਪੜਤਾਲ ਕਰੇਗੀ ਚੀਫ ਸੈਕਟਰੀ ਵਿਨੀ ਮਹਾਜਨ, ਉਹਦੀ ਬਣਾਈ ਟੀਮ ਕਰੇਗੀ, ਫਿਰ ਜੋ ਸੱਚ ਸਾਹਮਣੇ ਆਵੇਗਾ ਅਸੀਂ ਲੋਕਾਂ ਅੱਗੇ ਰੱਖਾਂਗੇ ਜੀ। ਉਹ ਜੇ ਪਤਾ ਨਹੀਂ ਕਦੋਂ ਪੜਤਾਲ ਆਉਂਦੀ ਹੈ। ਦੂਸਰੇ ਪਾਸਿਓਂ ਕੇਂਦਰ ਸਰਕਾਰ ਤੱਕ ਅਕਾਲੀਆਂ ਨੇ ਜਾ ਕੇ ਪਹੁੰਚ ਕੀਤੀ ਜੀ, ਅਤੇ ਪੰਜਾਬ ਦੀ ਭਾਜਪਾ ਨੇ ਵੀ ਕੀਤੀ। ਪੰਜਾਬ ਦੇ ਵਿੱਚੋਂ ਭਾਜਪਾ ਦੇ 2 ਪਾਰਲੀਮੈਂਟ ਮੈਂਬਰਾਂ 'ਚੋਂ 1 ਕੇਂਦਰ 'ਚ ਮੰਤਰੀ ਵੀ ਆ, ਉਹਨੇ ਵੀ ਪਹੁੰਚ ਕੀਤੀ ਹੋਵੇਗੀ। ਅਖੀਰ ਉੱਥੋਂ ਕੇਂਦਰ ਵਿੱਚੋਂ ਜਿਹੜਾ ਇਸ ਮਾਮਲੇ ਨਾਲ ਸੰਬੰਧਿਤ ਮੰਤਰੀ ਹੈ ਉਹਨੇ ਆਪਣੇ ਮੰਤਰਾਲੇ ਨੂੰ ਜਾਂਚ ਕਰਨ ਵਾਸਤੇ ਕਹਿਤਾ ਕਿ ਪੰਜਾਬ ਵਿੱਚ ਜਿਹੜਾ ਵਜ਼ੀਫਿਆਂ ਦਾ ਪੈਸਾ ਗਿਆ ਜੀ, ਉਹ 1 ਕਰੋੜ ਰੁਪਈਆ, ਉਹ ਪੈਸਾ ਉਹਦੀ ਠੀਕ ਵਰਤੋਂ ਹੋਈ ਕਿ ਨਹੀਂ ਹੋਈ, ਗਲਤੀ ਹੋਈ ਤਾਂ ਕਿੱਥੇ ਹੋਈ, ਜੇ ਕੋਈ ਇਹ 'ਚ ਗੜਬੜ ਹੋਈ ਤਾਂ ਕਿੱਥੇ ਹੋਈ, ਉਹਦਾ ਪਤਾ ਕਰੋ ਜੀ। ਇਹ ਦੂਸਰਾ ਮਾਮਲਾ ਹੋ ਗਿਆ, ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜਾਂਚ ਕਰਾ ਰਿਹਾ ਜੀ ਜੀ, ਦੂਜਾ ਕੇਂਦਰ ਸਰਕਾਰ ਕਰਾ ਰਹੀ ਹੈ, ਤੀਜਾ ਕਿਸੇ ਬੰਦੇ ਨੇ ਜਾ ਕੇ ਹਾਈ ਕੋਰਟ ਦੇ ਵਿੱਚ ਇੱਕ ਅਰਜ਼ੀ ਦੇ ਦਿੱਤੀ ਹੈ। ਉਹ ਅਰਜ਼ੀ ਇਸ ਗੱਲ ਦੀ ਦਿੱਤੀ ਆ ਕਿ ਐਡਾ ਵੱਡਾ ਘਪਲਾ ਹੋ ਗਿਆ, ਦਲਿਤ ਵਿਦਿਆਰਥੀਆਂ ਦੇ ਵਾਸਤੇ ਪੈਸੇ ਆਏ ਸੀ ਜੀ, ਉਹਨਾਂ ਤੱਕ ਪਹੁੰਚੇ ਨਹੀਂ, ਪਤਾ ਨਹੀਂ ਕਿੱਥੇ ਚਲੇ ਗਏ। ਉਸ ਮੁੱਦੇ 'ਤੇ ਹਾਈ ਕੋਰਟ ਨੂੰ ਹੀ ਆਖਿਆ ਗਿਆ ਕਿ ਅਸੀਂ ਬੇਨਤੀ ਕਰਦੇ ਹਾਂ ਜੀ ਇਹਦੀ ਪੜਤਾਲ ਕਰਾਈ ਜਾਵੇ ਜੀ। ਹੁਣ ਹਾਈ ਕੋਰਟ ਆਪ ਤਾਂ ਪੜਤਾਲ ਕਰਾਉਣ ਨਹੀਂ ਲੱਗੀ, ਜਾਂ ਤਾਂ ਇਹਦੀ ਪੜਤਾਲ ਵਾਸਤੇ ਪੰਜਾਬ ਸਰਕਾਰ ਨੂੰ ਹੁਕਮ ਦੇਵੇਗੀ ਕਿ ਤੁਸੀਂ ਕੋਈ ਵਿਸ਼ੇਸ਼ ਜਾਂਚ ਟੀਮ ਬਣਾਓ ਜਿਹੜੀ ਸਮਾਂਬੱਧ ਜਾਂਚ ਕਰੇ ਅਤੇ ਉਹਦੀ ਰਿਪੋਰਟ ਸਾਡੇ ਸਾਹਮਣੇ ਪੇਸ਼ ਕਰੇ ਜੀ। ਜਾਂ ਹਾਈ ਕੋਰਟ ਕੱਲ੍ਹ ਨੂੰ ਜਿਵੇਂ ਰੋਪੜ ਦੇ ਰੇਤ ਬਜਰੀ ਮਾਮਲੇ ਸੀ, ਉਹਨਾਂ ਨੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਡਿਊਟੀ ਲਾਤੀ ਸੀ ਜੀ ਜੀ, ਕਿਸੇ ਮੈਜਿਸਟਰੇਟ ਨੂੰ ਵੀ ਇਹੋ ਜਿਹੀ ਡਿਊਟੀ ਸੌਂਪਣ ਦਾ ਫੈਸਲਾ ਕਰ ਸਕਦੀ ਹੈ, ਜਾਂ ਕਿਸੇ ਰਿਟਾਇਰਡ ਜੱਜ ਨੂੰ ਵੀ ਡਿਊਟੀ ਸੌਂਪ ਸਕਦੀ ਹੈ, ਜਾਂ ਫਿਰ ਹਾਈ ਕੋਰਟ CBI ਨੂੰ ਇਹ ਆਰਡਰ ਕਰ ਸਕਦੀ ਹੈ ਕਿ ਇਸ ਮਾਮਲੇ ਦੀ ਤੁਸੀਂ ਪੜਤਾਲ ਕਰੋ, ਕਿਉਂਕਿ ਜਿਹੜੀਆਂ ਸਟੇਟ ਦੀਆਂ ਏਜੰਸੀਆਂ ਉਹਨਾਂ ਦੀ ਪੜਤਾਲ ਦੇ ਉੱਤੇ ਪਟੀਸ਼ਨਰ ਨੂੰ ਯਕੀਨ ਨਹੀਂ। ਜੇ ਕੱਲ੍ਹ ਨੂੰ ਇਹੋ ਜਿਹਾ ਮਾਮਲਾ ਆ ਜਾਵੇ ਤਾਂ ਫਿਰ ਵੀ ਮੁਸ਼ਕਲ ਹੋਊ। ਪਰ ਸਾਧੂ ਸਿੰਘ ਧਰਮਸੋਤ ਅਜੇ ਤੱਕ ਵੀ ਇਹੋ ਕਹੀ ਜਾਂਦਾ ਕਿ ਮੈਂ ਤਾਂ ਜੀ ਬਿਲਕੁਲ ਨੀਟ ਐਂਡ ਕਲੀਨ ਹਾਂ, ਮੈਂ ਕਿਸੇ ਕਿਸੇ ਦੀ ਕੋਈ ਗੜਬੜ ਨਹੀਂ ਕੀਤੀ, ਜੇ ਗੜਬੜ ਹੋਈ ਤਾਂ ਅਫਸਰਾਂ ਦੇ ਪੱਧਰ 'ਤੇ ਆਊ, ਮੈਨੂੰ ਨਹੀਂ ਪਤਾ ਜੀ। ਇਹ ਹੁਣ ਜੋ ਵੀ ਆ ਇਹਦੀ ਪੜਤਾਲ ਹੋ ਜਾਣੀ ਚਾਹੀਦੀ ਆ ਅਤੇ ਲੋਕਾਂ ਸਾਹਮਣੇ ਸੱਚ ਆ ਜਾਣਾ ਚਾਹੀਦਾ, ਨਹੀਂ ਤਾਂ ਲੋਕਾਂ 'ਚ ਬੇਭਰੋਸਗੀ ਵੱਧਦੀ। ਇੱਕ ਪਰ ਸਾਹਿਬ, ਇਸ ਤੋਂ ਪਿਛਲੀ ਸਰਕਾਰ ਦਾ ਮਾਮਲਾ ਜਨਮੇਜਾ ਸਿੰਘ ਸੇਖੋਂ ਅਤੇ ਸ਼ਰਨਜੀਤ ਸਿੰਘ ਢਿੱਲੋਂ ਇਰੀਗੇਸ਼ਨ ਮੰਤਰਾਲੇ ਦਾ ਕਹਿੰਦੇ ਕਿ ਵੀ ਕੋਈ ਘਪਲਾ ਹੈ, ਪਹਿਲਾਂ ਤਾਂ ਉਹ ਘਪਲਾ ਸਮਝਾ ਦਿਓ ਅਤੇ ਇਹਨਾਂ ਦੋਨਾਂ ਦਾ ਨਾ ਆਉਣ ਦਾ ਕਾਰਨ। ਦੇਖੋ, ਪਿਛਲੀ ਸਰਕਾਰ ਦੇ ਵੇਲੇ ਸਿੰਜਾਈ ਮਹਿਕਮੇ 'ਚ ਘਪਲਾ ਹੋਇਆ ਸੀ ਬਹੁਤ ਵੱਡਾ ਜੀ। ਨਵੀਂ ਸਰਕਾਰ ਆਈ, ਉਹਦੀ ਪੜਤਾਲ ਚੱਲ ਪਈ, ਇੱਕ ਚੀਫ ਇੰਜੀਨੀਅਰ ਫੜਿਆ ਗਿਆ, ਪਤਾ ਲੱਗਾ JEE ਭਰਤੀ ਹੋਇਆ ਸੀ, 1 ਤਰੱਕੀ 2 ਤਰੱਕੀ 3 ਤਰੱਕੀ 4 ਤਰੱਕੀ 5 ਤਰੱਕੀ, ਹੌਲੀ ਹੌਲੀ ਥੋੜ੍ਹੇ ਜਿਹੇ ਸਾਲਾਂ 'ਚ ਤਰੱਕੀਆਂ ਕਰਦਾ, ਆਪਣੇ ਉੱਪਰਲਿਆਂ ਨੂੰ ਪਿੱਛੇ ਛੱਡਦਾ, ਉਹਨਾਂ ਦੇ ਮੋਢਿਆਂ 'ਤੇ ਪੈਰ ਰੱਖ ਰੱਖ ਕੇ ਪੰਜਾਬ ਦਾ ਚੀਫ ਇੰਜੀਨੀਅਰ ਵੀ ਬਣ ਗਿਆ ਜੀ।
ਔਰ ਕਮਾਲ ਦੀ ਗੱਲ ਇਹ ਕਿ ਉਹਨੂੰ ਆਪਣੇ ਮਹਿਕਮੇ ਤੋਂ ਇਲਾਵਾ ਦੋ ਤਿੰਨ ਮਹਿਕਮਿਆਂ ਦਾ ਹੋਰ ਵੀ ਇੱਦਾਂ ਦਾ ਚਾਰਜ ਦਵਾ ਦਿੱਤਾ ਗਿਆ। ਬੜਾ ਰੌਲਾ ਪਿਆ। ਇਹ ਵੀ ਪਤਾ ਲੱਗਾ ਕਿ ਬੰਦਾ ਤਾਂ ਉਹ ਪੋਸਟ ਵਾਸਤੇ ਕੁਆਲੀਫਾਈ ਨਹੀਂ ਕਰਦਾ ਜੀ। ਇਹ ਵੀ ਪਤਾ ਲੱਗਾ ਕਿ ਕਰਪਸ਼ਨ ਦਾ ਸਾਰਾ ਘਾਲਾ ਮਾਲਾ ਉਹਦੇ ਰਾਹੀਂ ਹੋਇਆ ਸੀ। ਉਹ ਬੰਦਾ ਗ੍ਰਿਫਤਾਰ ਕਰ ਲਿਆ ਗਿਆ, ਬਾਕੀ ਬੰਦਿਆਂ ਦੇ ਵਾਰੰਟ ਨਿਕਲੇ, ਕੋਰਟਾਂ ਵਿੱਚੋਂ ਸਟੇਅ ਹੋ ਗਏ, ਬਹੁਤ ਕੁਛ ਚੱਲਦਾ ਸੀ। ਉਹਦੇ ਤੋਂ ਬਾਅਦ ਉਹਦੀ ਪੜਤਾਲ ਚਲੀ ਗਈ ਸੀ ਵਿਜੀਲੈਂਸ ਕੋਲ ਜੀ। ਹੁਣ ਵਿਜੀਲੈਂਸ ਨੇ ਆਪਣੀ ਰਿਪੋਰਟ ਦੇ ਦਿੱਤੀ ਹੈ, ਸ਼ਾਇਦ ਪਿਛਲੇ ਮਹੀਨੇ ਦੇ ਦਿੱਤੀ ਹੈ, ਕਦੋਂ ਦਿੱਤੀ ਹੈ। ਉਹ ਰਿਪੋਰਟ ਦੇ ਉੱਤੇ ਅੱਗੋਂ ਪੰਜਾਬ ਦੇ ਮੁੱਖ ਮੰਤਰੀ ਨੇ ਕੇਸ ਦਰਜ ਕਰਨ ਦਾ ਹੁਕਮ ਦੇ ਦਿੱਤਾ ਜੀ। ਜਿਹੜੇ ਦੋ ਸਾਬਕਾ ਮੰਤਰੀਆਂ ਨਾਂ ਆਉਂਦਾ, ਜਨਮੇਜਾ ਸਿੰਘ ਸੇਖੋਂ ਅਤੇ ਸ਼ਰਨਜੀਤ ਸਿੰਘ ਢਿੱਲੋਂ, ਉਹਨਾਂ ਦੋਵਾਂ ਨੇ 2017 'ਚ ਫਿਰ ਚੋਣ ਲੜੀ ਸੀ। ਜਨਮੇਜਾ ਸਿੰਘ ਸੇਖੋਂ ਹਾਰ ਗਿਆ, ਸ਼ਰਨਜੀਤ ਢਿੱਲੋਂ ਜਿੱਤ ਗਿਆ ਜੀ। ਸ਼ਰਨਜੀਤ ਢਿੱਲੋਂ ਨੂੰ ਜੇ ਗ੍ਰਿਫਤਾਰ ਕਰਨਾ ਹੋਵੇ, ਹੱਥ ਪਾਉਣਾ ਹੋਵੇ ਅਤੇ ਪਾਰਲੀਮੈਂਟਰੀ ਮਾਮਲਿਆਂ ਦਾ ਸਵਾਲ ਉੱਠਣਾ ਜੀ, ਵਿਧਾਨ ਸਭਾ ਦੇ ਸਪੀਕਰ ਤੋਂ ਰਾਣਾ ਕੇ ਪੀ ਸਿੰਘ ਤੋਂ ਵੀ ਪ੍ਰਵਾਨਗੀ ਲੈਣੀ ਪੈਣੀ ਹੈ ਜੀ। ਜਨਮੇਜਾ ਸਿੰਘ ਸੇਖੋਂ ਦੇ ਮਾਮਲੇ 'ਚ, ਕਿਉਂਕਿ ਇਸ ਵੇਲੇ MLA ਨਹੀਂ MP ਨਹੀਂ, ਜਦੋਂ ਮਰਜ਼ੀ ਸਰਕਾਰ ਹੱਥ ਪਾ ਸਕਦੀ ਹੈ, 3-4 ਅਫਸਰਾਂ ਦੇ ਨਾਮ ਵੀ ਆਉਂਦੇ ਪਏ, ਉਹਨਾਂ ਬਾਰੇ ਪੰਜਾਬ ਦੇ ਚੀਫ ਸੈਕਟਰੀ ਵਿਨੀ ਮਹਾਜਨ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਇਹਨਾਂ ਦੀ ਫਾਈਲ ਤਿਆਰ ਕਰੋ। ਉਹ ਫਾਈਲ ਤਿਆਰ ਕਰਨਗੇ, ਤਿਆਰ ਕਰਕੇ ਮੁੱਖ ਮੰਤਰੀ ਨੂੰ ਭੇਜਣਗੇ ਜੀ। ਆਖਰੀ ਫੈਸਲਾ ਉਹਨਾਂ ਅਫਸਰਾਂ ਬਾਰੇ ਜਾਂ ਸਾਬਕਾ ਅਫਸਰਾਂ ਬਾਰੇ, ਉਹ ਜੋ ਵੀ ਕਰਨਾ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਕਰਨਾ। ਪਰ ਇਹ ਕੇਸ ਹੈ ਬਹੁਤ ਪੁਰਾਣਾ ਸੀ। ਕੋਈ ਲੋਕ ਕਹਿੰਦੇ ਜੀ ਹੁਣ ਸਰਕਾਰ ਦੀਆਂ ਤਗਾਲਾਂ ਪੈ ਗਈਆਂ ਜੀ, 1.5 ਸਾਲ ਬਾਕੀ ਰਹਿ ਗਿਆ ਅਤੇ ਪੜਤਾਲ ਲੈਂਦੀ ਹੈ। ਪੜਤਾਲ ਉਦੋਂ ਦੀ ਚੱਲਦੀ ਪਈ ਸੀ, ਜੇ ਉਦੋਂ ਹੀ ਉਸੇ ਸਾਲ ਆ ਜਾਂਦੀ ਫਿਰ ਕਹਿਣਾ ਸੀ ਕਿਹੜੀ ਪੜਤਾਲ ਜਿਹੜੀ 3 ਮਹੀਨਿਆਂ 'ਚ ਕਾਹਲੀ ਕਾਹਲੀ ਕਰਕੇ ਕਰਤੀ ਹੈ, ਇਹਦੇ ਵਿੱਚ ਵੀ ਬਦਨੀਤੀ ਜਾਪਣੀ ਸੀ। ਹੁਣ ਜਿੱਥੇ ਵੀ ਆ ਗਈ ਹੈ ਜੀ, ਲੇਟ ਹੋਵੇ ਤਾਂ ਵੀ, ਛੇਤੀ ਹੋਵੇ ਤਾਂ ਵੀ, ਰੌਲਾ ਤਾਂ ਪੈਣਾ ਹੀ ਪੈਣਾ। ਬਿਲਕੁਲ, ਪੜਤਾਲ ਲੋਕਾਂ ਸਾਹਮਣੇ ਆਉਣੀ ਚਾਹੀਦੀ ਹੈ ਕਿ ਉਦੋਂ ਹੋਇਆ ਕੀ ਸੀ ਅਤੇ ਹੁਣ ਅੱਗੋਂ ਕਰਨਾ ਕੀ ਜੀ। ਮਨੋ ਸਾਹਿਬ ਤੁਸੀਂ ਆਏ, ਸਮਾਂ ਕੱਢਿਆ ਜੀ, ਬਹੁਤ ਧੰਨਵਾਦ। ਇਸ ਦੇ ਨਾਲ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਪ੍ਰਾਈਮ ਏਸ਼ੀਆ ਟੀ ਵੀ ਨੂੰ ਪਿਆਰ ਮੁਹੱਬਤ ਕਰਨ ਲਈ ਬਹੁਤ ਧੰਨਵਾਦ। ਇੱਕ ਉਹ ਸਬਸਕ੍ਰਾਈਬ ਵਾਲਾ ਬਟਨ ਹੈ, ਉਹਦੇ ਨਾਲ ਨਾਲ ਲਾਈਕ ਵਾਲਾ ਬਟਨ ਜਿਹੜਾ ਹੈ, ਇਹ ਦੋਵੇਂ ਦੱਪਣ ਦੀ ਕਿਰਪਾਲਤਾ ਕਰਨੀ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀ ਵੀ, ਤੁਹਾਡਾ ਆਪਣਾ, ਤੁਹਾਡੇ ਲਈ।